नमस्कार दोस्तों, newsnumber.com देख रहे सभी दर्शकों का मैं नव्या बेरी स्वागत करती हूँ। अच्छा तो गुरकीरत, आज हम लोग क्या बनाएंगे? आज असी बनान जा रहे हैं अमरूद ते अनारदाने दी सब्जी। वाओ, ये काफी ज्यादा यूनिक कॉम्बिनेशन है, तो इसके बारे में थोड़ा कुछ। हाँ जी, ये जेडी है फलाहारी वर्तन दे विच सब्जी खाई जाती है। अच्छा, ते आओ शुरू कर दे। ठीक है, तो इसके लिए क्या क्या इंग्रीडियंट्स? हाँ जी, इस दे वास्ते सानू असी 250 ग्राम कटे हुए अमरूद लै रहे हैं, मूंगफली का तेल लै रहे हैं, शक्कर लै रहे हैं, हरी मिर्च लै रहे हैं, पाकिस्तानी नमक यूज़ करना है, ये विच आपां अनारदाना यूज़ कर रहे हैं, काली मिर्च यूज़ कर रहे हैं, थोड़ा जहा अदरक ते थोड़ा जहा जीरा। ठीक है, तो इसके अंदर स्पेशली मूंगफली का तेल? हाँ जी, ये फलाहारी वर्तां वास्ते आपां बना रहे हैं, आपां वर्त रख्या होंदा है, ये थोड़ी हैवी हो जाती है, इस करके आपां इधर मूंगफली का तेल हल्का होंदा है, इनू देसी घी च भी बना सकते हैं आपां, वो थोड़ा हैवी हो जाता है, इस करके असी मूंगफली का तेल यूज कर रहे हैं। ठीक है, थोड़ा मतलब लाइट रखने के लिए, लाइट हो जाए क्योंकि फलाहारी वर्त होंदा है अपना, इस करके। ठीक है, आओ शुरू कर दे। बनाने लई इनू सब तो पहले आपां चुल्हे ते कढ़ाई रखांगे। ठीक है, ਹੁਣ ਇਹਦੇ ਵਿੱਚ ਥੋੜ੍ਹਾ ਮੂੰਗਫਲੀ ਦਾ ਤੇਲ ਆਪਾਂ 2 ਚਮਚੇ ਦੇ ਕਰੀਬ ਪਾ ਦੇਣਾ। ਹੁਣ ਤੇਲ ਜਿਹੜਾ ਆਪਣਾ ਥੋੜ੍ਹਾ ਤੱਤਾ ਹੋ ਚੁੱਕਿਆ, ਹੁਣ ਇਹਦੇ ਵਿੱਚ ਆਪਾਂ 1 ਚਮਚ ਜ਼ੀਰੇ ਦਾ ਪਾਵਾਂਗੇ, ਇਹ ਸ਼ਾਹੀ ਜ਼ੀਰਾ। ਅੱਛਾ, ਤੋ ਸ਼ਾਹੀ ਜ਼ੀਰਾ ਔਰ ਨੋਰਮਲ ਜ਼ੀਰੇ? ਹਾਂਜੀ, ਸ਼ਾਹੀ ਜ਼ੀਰੇ ਦਾ ਜਿਹੜਾ ਸਵਾਦ ਹੈ ਉਹ ਜਿਹੜਾ ਬਿਹਤਰ ਹੋ ਜਾਂਦਾ। ਅੱਛਾ, ਵੈਸੇ ਅਗਰ ਕਿਸੇ ਕੇ ਪਾਸ ਨਾ ਹੋ ਤੋ ਜ਼ੀਰਾ ਵੀ ਪਾ ਸਕਦੇ ਹਾਂ। ਜ਼ੀਰਾ ਦੇਖੋ ਥੋੜ੍ਹਾ ਭੁੱਜ ਚੁੱਕਿਆ, ਹੁਣ ਆਪਾਂ 1 ਚਮਚ ਇਹਦੇ ਵਿੱਚ ਬਰੀਕ ਕੱਟਿਆ ਹੋਇਆ ਅਦਰਕ ਪਾ ਦੇਣਾ। ਅਦਰਕ ਸਾਡਾ ਭੁੱਜ ਚੁੱਕਾ ਹੋਇਆ, ਇਹ ਬੜੀ ਜਲਦੀ ਬਣ ਜਾਂਦੀ ਹੈ ਰੈਸਪੀ। ਅੱਛਾ, ਇਹਦੇ ਵਿੱਚ ਆਪਾਂ 1 ਚਮਚ ਦੇ ਕਰੀਬ ਹਰੀ ਮਿਰਚ ਪਾ ਦਾਂਗੇ। तो ये मैं कह सकती हूँ हमारी एक ट्रेडिशनल रेसिपी है, क्योंकि आजकल के टाइम पे इसको कोई ज्यादा फॉलो करता नहीं है, तो पुराने टाइम में लोग इसको बनाते थे। हाँ जी, जो नराते रखते सी या होर फलाहारी वर्त बहुत होंगे सी, उन्हां दे विच इनू बनाया जाता सी। हुण इहदे विच आपां एक वड्डा चम्मच अनारदाने का पा देंगे, तो नाल ही आपां अद्धा चम्मच काली मिर्च का पा देंगे। ਖੁਸ਼ਬੂ ਅਭੀ ਸੇ ਬਹੁਤ ਅੱਛੀ ਆ ਰਹੀ ਹੈ। ਹਾਂਜੀ, ਸਮਾਨ ਬਹੁਤ ਥੋੜ੍ਹਾ ਪੈਣਾ, ਪਰ ਇਹਦਾ ਸਵਾਦ ਜਿਹੜਾ ਹੈ ਬਹੁਤ ਅੱਛਾ ਆਏਗਾ। ਹੁਣ ਇਹਦੇ ਵਿੱਚ ਆਪਾਂ ਇਹਦੇ ਲਈ ਪਾਕਿਸਤਾਨੀ ਨਮਕ ਹੀ ਯੂਜ਼ ਕਰਨਾ, ਜਿਹਨੂੰ ਕਾਲਾ ਨਮਕ ਵੀ ਕਹਿ ਦਿੰਦੇ ਨੇ, ਪਿੰਕ ਸਾਲਟ, ਕਿਉਂਕਿ ਵਰਤ ਵਾਲੀ ਸਬਜ਼ੀ ਹੈ ਤਾਂ ਨੋਰਮਲ ਸਾਲਟ ਬਿਲਕੁਲ ਬਿਲਕੁਲ ਅਵੋਇਡ ਕਰਨਾ। ਠੀਕ ਹੈ, ਹੁਣ ਆਪਾਂ ਇਹਦੇ ਵਿੱਚ ਅਮਰੂਦ ਪਾ ਦੇਣੇ ਨੇ। अच्छा, इसकी अमरूद की भी एक टाइप रहती है जो हमें? हाँ जी, इसके लिए आपा अमरूद लेना है जिनू पकड़न दे विच थोड़ा सख्त होवे ते स्वाद विच थोड़ा मीठा होवे। ठीक है, क्योंकि नहीं तो वो ज्यादा गोई जा बन जाएगा, आपा उस तरह का कुछ नहीं करना। ठीक है, बड़ा वाला या छोटा वाला ऐसा कोई नहीं? हाँ जी, नहीं, छोटा मीडियम साइज का अमरूद आपा ले सकते हैं, जेड़ा थोड़ा घट पक्या होवे। हुण इहदे विच आपा शक्कर पा देनी है, ਥੋੜ੍ਹਾ ਹਰ ਚੀਜ਼ ਨੂੰ ਬੈਲੈਂਸ ਕਰ ਜਾਏਗੀ। ਅੱਛਾ, ਸ਼ੱਕਰ ਕਿੰਨੀ ਰਹੇਗੀ? ਸ਼ੱਕਰ ਅੱਧਾ ਚਮਚ ਪਾ ਰਹੇ ਹਾਂ ਆਪਾਂ ਇਹਦੇ ਵਿੱਚ, ਕਿਉਂਕਿ ਵਰਤ ਦੇ ਵਿੱਚ ਖੱਟਾ ਮਿੱਠਾ, ਥੋੜ੍ਹਾ ਅਨਾਰਦਾਨਾ ਖੱਟਾ, ਸ਼ੱਕਰ ਮਿੱਠੀ ਦੇ ਨਾਲ ਵਧੀਆ ਆ ਜਾਏਗਾ। ਹੁਣ
ਹੁਣ ਇਹ ਸਬਜ਼ੀ ਨੂੰ ਆਪਾਂ ਥੋੜ੍ਹਾ ਜਿਹਾ ਹਲਕਾ ਸੇਕ ਲਵਾ ਲਿਆ, ਇਹਨੂੰ ਢੱਕਣਾ ਨਹੀਂ ਹੈ ਆਪਾਂ, ਖੁੱਲ੍ਹੇ 'ਚ ਹੀ ਪਕਾਉਣਾ, ਅਤੇ ਹੁਣ ਆਪਾਂ ਇਹਨੂੰ ਸਰਵ ਕਰਾਂਗੇ। ਅੱਛਾ, ਇਸਕਾ ਕਿਸ ਤਰ੍ਹਾਂ ਸੇ ਆਈਡੀਆ ਲਗਾਇਆ ਜਾ ਸਕਦਾ ਕਿ ਤਿਆਰ ਹੈ? ਜਿਵੇਂ ਥੋੜ੍ਹੇ ਮਸਾਲੇ ਆਪਾਂ ਦੇਖ ਰਹੇ ਹਾਂ, ਜਿਵੇਂ ਤੇਲ ਇਹਨਾਂ ਦੇ ਉੱਪਰ ਆ ਚੁੱਕਿਆ, ਥੋੜ੍ਹਾ ਆਇਲੀ ਹੋ ਚੁੱਕਿਆ ਇਹ, ਇਹਦਾ ਮਤਲਬ ਆਪਣੇ ਮਸਾਲੇ ਜਿਹੜੇ ਉਹ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਪੁੱਜ ਚੁੱਕੇ ਹੋਏ ਆ। ਅੱਛਾ, ਤੋ ਇਸਕਾ ਫਲੇਮ ਕਾ ਕਿਆ ਰਹੇਗਾ? ਇਹਦੇ ਵਿੱਚ ਆਪਾਂ ਬਹੁਤ ਘੱਟ, ਬਹੁਤ ਜ਼ਿਆਦਾ ਘੱਟ ਮੱਠੇ ਗੈਸ 'ਤੇ ਆਪਾਂ ਇਹਨੂੰ ਬਣਾਉਣਾ, ਅਤੇ ਹੁਣ ਆਪਾਂ ਇਹਨੂੰ ਸਰਵ ਕਰਾਂਗੇ। ਇਹ ਹੈ ਪੂਰੇ ਐਪੀਸੋਡ ਕੀ ਸਭਸੇ ਬੈਸਟ ਫੇਸ ਜਿਸੇ ਹਮ ਕਹਿ ਸਕਤੇ ਹੈ, ਵੋ ਹੈ ਸਬਜ਼ੀ ਯਾ ਕਿਸੀ ਵੀ ਡਿਸ਼ ਕੋ ਚਖਨੇ ਕਾ ਫੇਸ। ਲਾਓ ਟੇਸਟ ਕਰਕੇ ਦੇਖੋ ਕਿਸ ਤਰ੍ਹਾਂ ਦੀ ਬਣੀ ਹੈ। ਦੇਖਣੇ ਮੈਂ ਤੋ ਬਹੁਤ ਅੱਛੀ ਹੈ ਐਂਡ ਬਹੁਤ ਯੂਨੀਕ ਸੀ ਡਿਸ਼ ਹੈ। ਬਹੁਤ ਜ਼ਿਆਦਾ ਅੱਛੀ ਹੈ, ਬਹੁਤ ਡਿਫਰੈਂਟ ਟੇਸਟ ਹੈ ਇਸਕਾ, ਖੱਟਾ ਮੀਠਾ। ਅਨਾਰਦਾਨੇ ਦਾ ਸਵਾਦ ਵੱਖਰਾ ਹੀ ਆਉਂਦਾ ਹੈ ਇਹਦੇ ਵਿੱਚ, ਸ਼ਾਹੀ ਜੀਰੇ ਦਾ ਸਵਾਦ ਬਹੁਤ ਵਧੀਆ ਆਉਂਦਾ ਹੈ। ਬਹੁਤ ਖੱਟਾ ਮੀਠਾ ਫਲੇਵਰ ਹੈ ਇਸਕਾ, ਬਹੁਤ ਅੱਛੀ ਹੈ। ਅਗਰ ਕੋਈ ਫਾਸਟ ਮੈਂ, ਜੈਸੇ ਕਈ ਲੋਕ ਫਲਾਹਾਰ ਵਰਤ ਮੈਂ ਸਿਰਫ ਇੱਕ ਵਾਰ ਖਾਣਾ ਖਾਤੇ ਹਨ, ਤੋ ਉਸਮੇ ਖਾ ਕੇ ਉਨਕੋ ਥੋੜੀ ਐਨਰਜੀ ਆ ਸਕਤੀ ਹੈ, ਬਿਕਾਜ਼ ਸਭੀ ਫਲੇਵਰਸ ਹੈ ਇਸਮੇ। ਰੀਲੀ ਨਾਈਸ। ਤਬ ਤੱਕ ਆਪ ਸਭ ਜਾ ਕਰ ਇਸ ਰੈਸਿਪੀ ਕਾ ਰੀਕੈਪ ਚੈੱਕ ਕਰਿਓ ਔਰ ਹਮ ਲੋਕ ਸਬਜ਼ੀ ਖਾਤੇ ਹੈਂ। ਅਮਰੂਦ ਅਨਾਰਦਾਨਾ ਕੀ ਸਬਜ਼ੀ ਬਣਾਨੇ ਕੇ ਲਈ ਆਪਕੋ ਚਾਹੀਏ 250 ਗ੍ਰਾਮ ਕਟੇ ਹੋਏ ਅਮਰੂਦ, ਮੂੰਗਫਲੀ ਕਾ ਤੇਲ 2 ਚਮਚ, ਸ਼ੱਕਰ ਆਧਾ ਚਮਚ, ਬਾਰੀਕ ਕਟੀ ਹੋਈ ਹਰੀ ਮਿਰਚ 1 ਚਮਚ, ਪਾਕਿਸਤਾਨੀ ਨਮਕ ਸਵਾਦ ਅਨੁਸਾਰ, ਸ਼ਾਹੀ ਜੀਰਾ 1 ਚਮਚ, ਕਾਲੀ ਮਿਰਚ ਆਧਾ ਚਮਚ, ਬਾਰੀਕ ਕਟਾ ਹੋਆ ਅਦਰਕ 1 ਚਮਚ, ਅਨਾਰਦਾਨਾ 1 ਬੜਾ ਚਮਚ। ਸਬਸੇ ਪਹਿਲੇ ਕੜਾਹੀ ਮੇਂ ਮੂੰਗਫਲੀ ਕਾ ਤੇਲ ਡਾਲ ਲੇ ਔਰ ਉਸਕੇ ਗਰਮ ਹੋਤੇ ਹੀ ਤੇਲ ਮੇਂ ਜੀਰਾ ਡਾਲ ਲੇ। ਜੀਰੇ ਕੋ ਅੱਛੀ ਤਰ੍ਹਾਂ ਭੂਨ ਲੈਣੇ ਕੇ ਬਾਅਦ ਉਸਮੇਂ ਬਾਰੀਕ ਕਟਾ ਹੁਆ ਅਦਰਕ ਡਾਲ ਲੇ। ਅਦਰਕ ਕੋ ਅੱਛੀ ਤਰ੍ਹਾਂ ਭੂਨ ਲੇ। ਉਸਕੇ ਬਾਅਦ ਇਸਮੇ ਹਰੀ ਮਿਰਚ, ਅਨਾਰਦਾਨਾ, ਕਾਲੀ ਮਿਰਚ ਔਰ ਪਾਕਿਸਤਾਨੀ ਨਮਕ ਡਾਲ ਲੇ। ਅਬ ਇਸਮੇ ਅਮਰੂਦ ਡਾਲ ਲੇ। ਸ਼ੱਕਰ ਡਾਲਨੇ ਕੇ ਬਾਅਦ ਸਬਜ਼ੀ ਕੋ ਬਿਨਾਂ ਢਕੇ ਥੋੜ੍ਹੀ ਦੇਰ ਤੱਕ ਪਕਾਏ। ਅਮਰੂਦ ਅਨਾਰਦਾਨੇ ਕੀ ਸਬਜ਼ੀ ਏਕਦਮ ਤਿਆਰ ਹੈ। ਨਹੀਂ ਗੁਰਕੀਰਤ, ਵਾਕਈ ਜੋ ਮੂੰਗਫਲੀ ਕਾ ਤੇਲ ਇਸਮੇ ਯੂਜ਼ ਕੀਆ ਆਪਨੇ, ਬਹੁਤ ਲਾਈਟ ਹੈ ਇਹ ਸਬਜ਼ੀ ਔਰ ਸ਼ਾਹੀ ਜੀਰੇ ਕਾ ਖਾਸ ਕਰਕੇ ਫਲੇਵਰ ਬਹੁਤ ਅੱਛਾ ਆ ਰਿਹਾ ਹੈ। ਅਗਰ ਆਪ ਮੇਂ ਸੇ ਵੀ ਕਿਸੀ ਨੇ ਵਰਤ ਰੱਖਾ ਹੈ ਔਰ ਆਪਕੋ ਭੂਖ ਲੱਗ ਰਹੀ ਔਰ ਆਪ ਇਹ ਸੋਚ ਰਹੇ ਕਿ ਆਪ ਕਿਆ ਖਾਏ, ਤੋ ਇਸਸੇ ਬੈਟਰ ਆਪਸ਼ਨ ਨਹੀਂ ਹੋਗਾ, ਬਿਕਾਜ਼ ਇਹ ਸਬਜ਼ੀ ਆਈ ਗੈਸ ਹਾਰਡਲੀ 5 to 7 ਮਿੰਟਸ ਮੇਂ ਬਣ ਗਈ ਹੈ, ਜ਼ਿਆਦਾ ਟਾਈਮ ਵੀ ਨਹੀਂ ਲੇਤੀ ਔਰ ਡੈਫੀਨੇਟਲੀ ਆਪ ਸਭ ਕੀ ਭੂਖ ਕੋ ਵੀ ਸ਼ਾਂਤ ਕਰੇਗੀ। ਔਰ ਹਾਂ, ਜਬ ਆਪ ਇਸ ਸਬਜ਼ੀ ਕੋ ਟਰਾਈ ਕਰੇਂਗੇ ਤੋ ਹਮੇਂ ਕਮੈਂਟ ਸੈਕਸ਼ਨ ਮੇਂ ਬਤਾਨਾ ਮਤ ਭੂਲਣਾ।